ਜਦੋਂ ਕੋਈ ਆ ਕੇ ਤੁਹਾਡੀ ਪ੍ਰਸ਼ੰਸਾ ਕਰਦਾ ਨਾ ਤਾਂ ਮਨੁੱਖੀ ਦਿਮਾਗ ਦੇ ਵਿੱਚ ਜਿਹੜਾ ਹਿੱਸਾ ਬਾਹਰੋਂ ਆਏ ਵਿਚਾਰਾਂ ਦਾ ਵਿਸ਼ਲੇਸ਼ਣ ਕਰਦਾ ਐਨਲਾਈਜ਼ ਕਰਦਾ ਉਹਨੂੰ ਹੂੰ ਹੂੰ ਉਹ ਪ੍ਰਸ਼ੰਸਾ ਹੋਣ ਤੇ ਸੌ ਜਾਂਦਾ ਜੀ ਜਿੱਦਾਂ ਘਰ ਦੇ ਵਿੱਚ ਰੱਖਿਆ ਹੋਇਆ ਕੁੱਤਾ ਜਿਹੜਾ ਗਾਰਡ ਹੈ ਤੁਹਾਡਾ ਜੇ ਕਿਸੇ ਨੇ ਬਾਹਰੋਂ ਬੂਟੀ ਸਿੱਟ ਦਿੱਤੀ ਬੂਟੀ ਖਾਣ ਲੱਗਿਆ ਉਹ ਉਹਨੂੰ ਵੱਢੂਗਾ ਨਹੀਂ ਉਸ ਬੰਦੇ ਨੂੰ ਹਾਂਜੀ ਨਾ ਭੰਕੂਗਾ ਜੀ ਜੀ ਹੁਣ ਜਦੋਂ ਤੁਹਾਡੀ ਪ੍ਰਸ਼ੰਸਾ ਹੋਈ ਕਿਸੇ ਨੇ ਆ ਕੇ ਕੀਤੀ ਆ ਤੁਹਾਡੇ ਦਿਮਾਗ ਦੇ ਜਿਹੜੇ ਹਿੱਸੇ ਨੇ ਵਿਸ਼ਲੇਸ਼ਣ ਕਰਨਾ ਸੀ ਕਿ ਕਿਉਂ ਆਇਆ ਹਾਂਜੀ 21 ਚਾਹੁੰਦਾ ਮੇਰੇ ਕੋਲ ਕੀ ਕੱਢਣਾ ਚਾਹੁੰਦਾ ਹੈ ਜੀ 19 ਸਮਝਾਣਾ ਜੀ ਜੀ ਹੁਣ ਜੇ ਤੁਸੀਂ ਪ੍ਰਸ਼ੰਸਾ ਸੁਣਦੇ ਆਦਿ ਹਾਂ ਇਹਦਾ ਮਤਲਬ ਤੁਸੀਂ ਸੰਤੁਲਿਤ ਨਹੀਂ ਹੈਗੇ ਜੀ ਕੋਈ ਬੰਦਾ ਤੁਹਾਡੇ ਤੁਹਾਡਾ ਬੇਵਕੂਫ ਬਣਾ ਸਕਦਾ ਜੀ ਜੇ ਹੁਣ ਕੋਈ ਕੁੜੀ ਤੁਹਾਡੀ ਜਨਾਨੀ ਕੋਈ ਜ਼ਿੰਦਗੀ ਚ ਆਈ ਆ ਉਹ ਤੁਹਾਡੀ ਪ੍ਰਸ਼ੰਸਾ ਕਰਕੇ ਸਿਫਤਾਂ ਕਰਕੇ ਬੇਵਕੂਫ ਬਣਾ ਕੇ ਆਪਣਾ ਕੰਮ ਕਢਾ ਕੇ ਮੁੜ ਕੇ ਆਪਣੇ ਦੋਸਤਾਂ ਦੇ ਨਾਲ ਹੰਡਾਉਂਦੀ ਆ ਉਹਨੂੰ ਇਹ ਨਾ ਕਹੋ ਚੀਟ ਕਰਦੀ ਆ ਠੀਕ ਹੈ ਜੀ ਅਸਲ ਵਿੱਚ ਉਹ ਤੁਹਾਡੀ ਕਮਜ਼ੋਰੀ ਆ ਤੁਸੀਂ ਉਹਨੂੰ ਪਛਾਣਿਆ ਨਹੀਂ ਹੂੰ 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 ਠੀਕ ਹੈ ਰਿਸ਼ਤਾ ਐਡੀ ਦੂਰ ਤਈ ਜੇਨਾ ਸੀ ਆਪਣੀ ਪਰਸਨਲਿਟੀ ਤੇ ਧਿਆਨ ਦਈਏ ਪੇ ਮੈਂ ਵਫਾਦਾਰ ਹੋ ਕੇ ਜੀਣਾ ਮੈਂ ਇਦਾਂ ਜੀਣਾ ਇਹਨਾਂ ਸ਼ਰਤਾਂ ਨਾਲ ਜੀਣਾ ਜਿਹੜਾ ਇਸ ਦੈਰੇ ਤੋਂ ਬਾਹਰ ਬੰਦਾ ਜਾ ਰਿਹਾ ਮੇਰੀ ਜ਼ਿੰਦਗੀ ਚ ਉਹਦੀ ਕੋਈ ਥਾਂ ਨਹੀਂ ਹੈਗੀ ਤੇ ਕੋਈ ਬੰਦਾ ਤੁਹਾਡੀ ਜ਼ਿੰਦਗੀ ਚ ਇਦਾਂ ਦਾ ਆ ਨਹੀਂ ਸਕਦਾ ਜਿਹੜਾ ਬੰਦਾ ਤੁਹਾਨੂੰ ਧੋਖਾ ਦੇ ਧੋਖਾ ਦੇਵੇ ਜੀ ਠੀਕ ਹੈ ਜੇ ਅਸੀਂ ਇਸ ਕਰਕੇ ਜੀਨੇ ਆ ਕੋਈ ਗੱਲ ਨਹੀਂ ਮੇਰਾ ਕੰਮ ਕਰੀ ਜਾਓ ਮੇਰਾ ਫਾਇਦਾ ਕਰੀ ਜਾਓ ਫਿਰ ਕੋਈ ਗੱਲ ਨਹੀਂ ਜੇ ਮੇਰਾ ਫਾਇਦਾ ਹੋ ਰਿਹਾ ਫਿਰ ਮੈਂ ਥੋੜਾ ਬਤ ਧੋਖਾ ਵੀ ਬਰਦਾਸ਼ਤ ਕਰ ਲਊਗਾ ਜਿੱਦਨ ਮੇਰਾ ਕੰਮ ਪੂਰਾ ਹੋ ਗਿਆ ਫਿਰ ਮੈਂ ਇਲਜ਼ਾਮ ਲਾਊਗਾ ਠੀਕ ਹੈ ਜੀ ਹੁਣ ਕੋ ਬੰਦਾ ਇੰਡੀਆ ਤੋਂ ਆਵੇ ਕੈਨੇਡਾ ਮੰਨ ਲਓ ਹਾਂਜੀ ਕੁੜੀ ਹੋਵੇ ਕੈਨੇਡਾ ਦੀ ਜੰਪਲ ਠੀਕ ਹੈ ਜੀ ਉਹਦੇ ਨਾਂ ਤੇ ਹੋਵੇ ਘਰ ਜੀ ਭਾਰ ਜਾਂਦੀ ਹੋਵੇ ਮੈਂ ਕਹਿੰਨਾ 90% ਪੰਜਾਬੀ ਸਾਰਾ ਕੁਝ ਹਾਰ ਲੂਗੇ ਜੀ ਜੀ ਜਦੋਂ ਉਹਨਾਂ ਨੂੰ ਪਤਾ ਹੈ ਕਿ ਇੱਥੇ ਪੀਆਰ ਮਿਲ ਜਾਣੀ ਆ ਉਹਨਾਂ ਨੂੰ ਪਤਾ ਹੈ ਕਿ ਪੀਆਰ ਮੰਨ ਤੋਂ ਬਾਅਦ ਘਰ ਚੋਂ 50% ਹਿੱਸਾ ਮਿਲ ਜਾਣਾ ਜੀ 2 ਮਿਲੀਅਨ ਦਾ ਘਰ ਆ ਤਿੰਨਾਂ ਸਾਲਾਂ ਚ ਪੀਆਰ ਹੋ ਗਈ ਪੀਆਰ ਹੋ ਕੇ ਘਰ ਦੇ ਵਿੱਚੋਂ ਡਿਵੋਰਸ ਦੀ ਗੱਲ ਹੋਈ ਘਰ ਚੋਂ ਹਿੱਸਾ ਲੈ ਲਿਆ ਸਾਰੇ ਇਲਜ਼ਾਮ ਬਾਅਦ ਚ ਜਾਦ ਆਉਨੇ ਆ ਜੀ ਜੀ ਉਹ 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 ਹਰਾਮਖੋਰੀ ਆ ਉਹ ਕਮਿੰਗੀ ਉਹ ਫਿਰ ਮੈਂ ਇੰਗੇਜ ਠੀਕ ਹੈ ਉਹਦੇ ਵਿੱਚ ਫੇ ਉਹਦੇ ਵਿੱਚ ਫੇ ਜਦੋਂ ਅਸੀਂ ਇਹ ਸ਼ਬਦ ਵਰਤਾਂਗੇ ਵੀ ਦੇਖੋ ਜੀ ਐਗਰੀਮੈਂਟ ਕੀਤਾ ਸੀ ਇਹ ਤਾਂ ਇਹ ਨਹੀਂ ਹੈਗੀ ਨਹੀਂ ਸਵਾਰਥ ਸੀ ਮੇਰਾ ਸਵਾਰਥ ਸੀ ਜੀ ਜੀ ਜਿਹੜੇ ਰਿਸ਼ਤੇ ਚ ਤੁਹਾਨੂੰ ਪਤਾ ਵੀ ਤੁਹਾਡਾ ਗੁਜ਼ਾਰਾ ਨਹੀਂ ਹੋਣਾ ਹੂੰ ਚੀਟ ਚੀਟ ਕਰਨ ਵਾਲੀ ਪਤਨੀ ਹੀ ਕਿਉਂ ਹੁੰਦੀ ਆ ਭੈਣ ਨਹੀਂ ਹੋ ਸਕਦੀ ਹਾਂ ਹੋ ਸਕਦੀ ਕਿ ਨਹੀਂ ਜੀ ਬਿਲਕੁਲ ਬਿਲਕੁਲ ਹੋ ਸਕਦੀ ਹੈ। ਮਾਂ ਹੋ ਸਕਦੀ ਕਿ ਨਹੀਂ? ਹਾਂਜੀ ਕਲਪਨਾ 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 ਸਿਰਫ ਕਲਪਨਾ ਕਰਕੇ ਦੇਖਿਓ। ਹਾਂਜੀ ਸਿਰਫ ਕਲਪਨਾ ਕਰਕੇ ਦੇਖਿਓ ਮਾਂ ਚੀਟ ਕਰ ਸਕਦੀ ਕਿ ਨਹੀਂ? ਅ ਨਹੀਂ ਜੀ। ਉਹ ਕੀ ਗੱਲ? ਯਾਨੀ ਜਿਹੜੀ ਔਰਤ ਆਪਣੇ ਪਤੀ ਨੂੰ ਛੱਡ ਕੇ ਕਿਸੇ ਹੋਰ ਨਾਲ ਰਿਸ਼ਤਾ ਨਿਭਾਉਂਦੀ ਉਹ ਮਾਂ ਨਹੀਂ ਕਿਸੇ ਦੀ ਹੋ। हां ओ ओ उस तरीके ਨਾਲ ਹੋ ਸਕਦਾ ਪਰ ਬੱਚੇ ਨਾਲ ਉਹ ਮੈਸੇਜ ਚਲੋ ਲਓ ਨਹੀਂ 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 ਜਦੋਂ ਅਸੀਂ ਪਤਨੀ ਨੂੰ ਕਹਿੰਨੇ ਚੀਟ ਕਰਦੀ ਆ ਉਹ ਹਾਂ ਪਤਨੀ ਦਾ ਆਪਾਂ ਕਹਿ ਸਕਦੇ ਇੱਕ ਮਿੰਟ ਨਹੀਂ ਨਹੀਂ ਜਦੋਂ ਅਸੀਂ ਮਾਤਮਾ ਕਰ ਸਕਦੀ ਹੈ ਪਰ ਹਾਂ ਨਹੀਂ 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 ਮੈਂ ਮੈਂ ਜਦੋਂ ਅਸੀਂ ਕਹਿੰਨੇ ਪਤਨੀ ਚੀਟ ਕਰਦੀ ਆ ਹਾਂਜੀ ਹਾਂਜੀ ਮਤਲਬ ਕੀ ਗੱਲ ਉਹ ਰੋਟੀ ਬਣਾ ਕੇ ਸਾਡੇ ਵਾਲੀ ਰੋਟੀ ਕਿਸੇ ਹੋਰ ਨੂੰ ਦੇ ਦਿੰਦੀ ਆ ਇਦਾਂ ਆ ਨਹੀਂ ਜੀ ਬੜਾ ਅੱਛਾ ਅਸੀਂ ਅਸੀਂ ਮੈਂ ਚਿੱਟੀ ਸ਼ਰਟ ਪਾਉਣੀ ਸੀ ਤੇ ਮੇਰੀ ਵਾਈਫ ਨੇ ਕਹਿ ਦਿੱਤਾ ਕਿ ਨਹੀਂ ਚਿੱਟੀ ਸ਼ਰਟ ਪਾ ਮਾਉ ਲੈ ਜੀ ਕੋਈ ਗੱਲ ਨਹੀਂ ਇਹ ਇਹ ਚੀਟ ਕੀਤਾ ਮੇਰੇ ਨਾਲ ਹਾਂ ਨਹੀਂ ਉਹ ਵੀ ਨਹੀਂ 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 ਨਾਜਾਇਜ਼ ਰਿਸ਼ਤਾ ਹੰਡਾਇਆ ਨਾ ਉਹਨੇ ਹਾਂ ਜਾਨੀ ਪਤੀ ਨੂੰ ਛੱਡ ਇੱਕ ਔਰਤ ਪਤੀ ਨੂੰ ਛੱਡ ਕੇ ਕਿਸੇ ਹੋਰ ਨਾਲ ਚੱਲ ਗਈ ਆ ਕਿਸੇ ਹੋਰ ਨਾਲ ਰਿਸ਼ਤਾ ਬਣਾ ਲਿਆ ਇਹਨੂੰ ਅਸੀਂ ਕਹਿੰਨੇ ਪਤਨੀ ਚੀਟ ਕਰ ਗਈ ਜੀ ਜਦ ਪਤੀ ਚੀਟ ਕਰ ਗਿਆ ਹਾਂ ਜੀ अच्छा ਭੈਣ ਕਰ ਸਕਦੀ ਕਿ ਨਹੀਂ ਇਦਾਂ ਸਾਡੀ ਹਾਂ ਉਹ ਕਿਸੇ ਹੋਰ ਮਰਦ ਨਾਲ ਮਤਲਬ ਭੈਣ ਦਾ ਭੈਣ ਦਾ ਵਿਆਹ ਭੈਣ ਦਾ ਵਿਆਹ ਹੋ ਗਿਆ ਉਹ ਆਪਣੇ ਹਸਬੰਡ ਨੂੰ ਛੱਡ ਕੇ ਕਿਸੇ ਹੋਰ ਮਰਦ ਨਾਲ ਉਹਦੀ ਸੰਗਤ ਜਾ ਸਕਦੀ ਹੈ ਆਫੀਸ਼ਲੀ ਹਾਂਜੀ اچھا ਮਾਂ ਜਾ ਸਕਦੀ ਕਿ ਨਹੀਂ ਹਾਂ ਇਹ ਹੈਗੇ ਚਾਂਸ ਹੁਣ ਜੇ ਕਿਸੇ ਕਿਸੇ ਦੇ ਕਿਸੇ ਦੇ ਮਾਪੇ ਆ ਕਿਸੇ ਕਿਸੇ ਕੁੜੀ ਦਾ ਪਿਓ ਉਦੀ ਮਾਂ ਦੇ ਨਾਲ ਰਹਿੰਦਾ ਹੋਇਆ ਉਹਦਾ ਪਤੀ ਹੁੰਦਾ ਹੋਇਆ ਕਿਸੇ ਹੋਰ ਤੀਵੀ ਨਾਲ ਸਬੰਧ ਰੱਖਦਾ ਹੋਵੇ। ਹਾਂਜੀ। ਇਹ ਜ਼ਰੂਰੀ ਹੈ ਕਿ ਕੁੜੀ ਉਹਨੂੰ ਕਹਦੇ ਪਈ ਅੱਜ ਤੋਂ ਬਾਅਦ ਤੂੰ ਮੇਰਾ ਬਾਪ ਨਹੀਂ ਤੇ ਮੈਂ ਤੇਰੀ ਧੀ ਨਹੀਂ। ਹੂੰ ਹੂੰ ਹੂੰ। ਨਹੀਂ ਨਾ? ਜੀ ਜੀ ਜੀ। ਉਹ ਕਿੰਨੇ ਰਿਸ਼ਤੇ ਸਾਡੇ ਪੰਜਾਬ ਸਾਡੇ ਸਿੱਖ ਪੰਜਾਬੀਆਂ ਚ ਨਿਰਭਦੇ ਹੋਣੇ। ਹੂੰ। ਇਦਾਂ ਹੀ ਮਾਂ ਪੁੱਤ ਦਾ ਰਿਸ਼ਤਾ ਜਿਹੜਾ ਆ। ਕਿੰਨੇ ਕਿੰਨੇ ਬੱਚੇ ਹੋਣੇ ਜਿਹਨਾਂ ਨੂੰ ਪਤਾ ਆ ਕਿ ਮੇਰੀ ਮਾਂ ਤੇ ਪਿਓ ਦੀ ਆਪਸੀ ਚੀ ਬਣਦੀ ਨਹੀਂ ਇਹਨਾਂ ਦਾ ਨਜਾਇਜ਼ ਰਿਸ਼ਤਾ ਉਹ ਠੀਕ ਆ ਮਾਂ ਦਾ ਪੁੱਤ ਦਾ ਰਿਸ਼ਤਾ ਨਹੀਂ ਵੀ ਜਾਂਦਾ ਹਾਂਜੀ 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 ਹੂੰ ਉੱਥੇ ਸੀ ਕੋਈ ਨਹੀਂ ਕਹਿੰਦੇ ਵੀ ਨਹੀਂ ਇਹ ਜਨਾਨੀ ਗਲਤੀ ਆ ਮੇਰੀ ਮਾਂ ਪਰ ਮੈਂ ਐਗਰੀਮੈਂਟ ਦੇ ਤੌਰ ਤੇ ਇਹਨਾਂ ਠੀਕ ਆ ਮਾਂ ਕਹੀ ਜਾਂਦਾ ਇਹਨੂੰ ਇੱਦਾਂ ਥੋੜੀ ਕਰਦੀ ਸੀ ਮਾਂ ਤਾਂ ਮਾਂ ਆ ਸਾਡੀ ਤਾਂ ਹਾਂਜੀ ਨਹੀਂ ਕਰਦੇ ਬਿਲਕੁਲ ਮਾਤਮਾ ਜੀ ਹੁਣ ਬਸ ਉਹ ਜਦੋਂ ਪਤਨੀ ਤੇ ਗੱਲ ਆਉਂਦੀ ਆ ਅਸੀਂ ਜਿੰਨਾ ਚਿਰ ਚਾਹੇ ਪਤੀ ਤੇ ਆ ਹੂੰ ਕੋਈ ਜ ਕੁੜੀ ਇੰਡੀਆ ਤੋਂ ਆਈ ਆ ਮੁੰਡਾ ਬਾਹਰਲੇ ਮੁਲਕ ਦੇ ਵਿੱਚ ਸੈੱਟ ਆ ਜਿੰਨਾ ਚਿਰ ਉਹਨੂੰ ਲੋੜ ਆ ਪੱਕੀ ਨਹੀਂ ਹੁੰਦੀ ਉਹ ਸਾਰ ਕੁ ਸਹੀ ਜਾਂਦੀ ਆ ਹਾਂਜੀ ਹੁਣ ਜਦੋਂ ਲੋੜ ਪੂਰੀ ਹੋ ਗਈ ਕੁਛ ਵਿਆਹ ਦਾ ਰਿਸ਼ਤਾ ਤਾਂ 2-4 ਸਾਲ ਬਾਅਦ ਉਦਾਂ ਹੀ ਫਿੱਕਾ ਪੈਣ ਲੱਗ ਪੈਂਦਾ ਜੀ ਕਿਉਂਕਿ ਸਾਡੇ ਕੋਲ ਉਸ ਰਿਸ਼ਤੇ ਨੂੰ ਤਾਜ਼ਾ ਰੱਖਣ ਦਾ ਵਧਾਨਾ ਹੀ ਹੈ ਨਹੀਂ ਜੀ ਠੀਕ ਹੈ ਹੁਣ ਜੇ ਜੇ ਉਹ ਜਾਣਦਾ ਇਹ ਆ ਜੇ ਤਾਂ ਅਸੀਂ ਯਾਨੀ ਇਹਨੂੰ ਚੀਟਿੰਗ ਨੂੰ ਏਡੀ ਵੱਡੀ ਗੱਲ ਕਹਿੰਦੇ ਆ ਹਾਂਜੀ ਜੇ ਇਹ ਚੀਟ ਨੂੰ ਮਤਲਬ ਨਜਾਇਜ਼ ਰਿਸ਼ਤੇ ਨੂੰ ਬਹੁਤ ਵੱਡੀ ਗੱਲ ਮੰਨਦੇ ਆ ਹਾਂਜੀ ਹਾਂਜੀ ਫੇਰ ਸਾਨੂੰ ਯਾਨੀ ਆਪਣੀ ਸਾਰੀ ਜ਼ਿੰਦਗੀ ਚ ਜਿਹੜਾ ਸਰੀਰਕ ਸੰਬੰਧ ਆ ਹਾਂਜੀ ਉਹ ਰਿਸ਼ਤੇ ਨੂੰ ਤਾਜ਼ਾ ਰੱਖਣ ਲਈ ਐਫਰਟ ਪਾਉਣੇ ਚਾਹੀਦੇ ਹਾਂ ਹੂੰ 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 ਤੇ ਸਾਡਾ ਸਾਡਾ ਪਤੀ ਪਤਨੀ ਦਾ ਆਪਸ ਵਿੱਚ ਹਰ ਕੰਮ ਹਰ ਟਾਈਮ ਸਾਡਾ ਇਦਾਂ ਦਾ ਹੋਵੇ ਤੇ ਸਾਡੇ ਸਬੰਧ ਆਪਸ ਵਿੱਚ ਹੀ ਖਿੱਚ ਵਾਲੇ ਬਣੀ ਰਹਿਣ ਜੀ ਜੇ ਉੱਥੇ ਐਫਰਟ ਨਹੀਂ ਪਾ ਰਹੇ ਹਾਂਜੀ ਤੇ ਉਹਦੇ ਚ ਲੋਡ ਆਪਣੀ ਹੈਗੀ ਆ ਉਹਦੇ ਨਾਲ ਸਾਰ ਰਹੇ ਆ ਹੁਣ ਜੇ ਬੰਦਾ ਕੋਈ ਜਦੋਂ ਔਰਤ ਹੁਣ ਕੰਮ ਤੇ ਜਾਂਦਾ ਔਰਤ ਘਰੇ ਇਕੱਲੀ ਬੈਠੀ ਆ ਹਾਂਜੀ ਉਸ ਵੇਲੇ ਉਹ ਪਹਿਲਾਂ ਕੰਮ ਤੇ ਪੂਰਾ ਦਿਨ ਆਪਣੇ ਬਿਜ਼ਨਸ ਵਿੱਚ ਬਿਜ਼ੀ ਰਿਹਾ ਮੁੜ ਕੇ ਟ੍ਰਿਪ ਤੇ ਰਿਹਾ ਘਰ ਜਾ ਕੇ ਹੋਰ ਕੰਮਾਂ 'ਚ ਫੋਨਾਂ ਤੇ ਉਹਨੂੰ ਔਰਤ ਦਾ ਖਿਆਲ ਹੀ ਨਹੀਂ ਪਈ ਉਹ ਕਿਦਾਂ ਜ਼ਿੰਦਗੀ ਕੱਟ ਰਹੀ ਆ ਹਾਂਜੀ ਤੇ ਉਹ ਹੁਣ ਡਿਪਰੈਸ਼ਨ ਵਿੱਚ ਜਾ ਰਹੀ ਆ ਇਕੱਲੀ ਆ ਸਟ्रेस ਲੈ ਰਹੀ ਆ ਹੁਣ ਮੁੜ ਕੇ ਜੇ ਉਹਦੀ ਕਿਸੇ ਨਾਲ ਦੋਸਤੀ ਹੋ ਗਈ ਫੇਰ ਕਲੇਸ਼ ਪਾ ਲਿਆ ਜੀ ਜੇ ਸਾਨੂੰ ਗੱਲ ਦਾ ਫਿਕਰ ਆ ਤੇ ਸਾਨੂੰ ਸਾਰੀ ਜ਼ਿੰਦਗੀ ਪਹਿਲੇ ਦਿਨ ਤੋਂ ਲੈ ਕੇ ਇਦਾਂ ਪਲਾਨ ਕਰਨੀ ਚਾਹੀਦੀ ਆ ਵੀ ਅਗਲੇ ਨੂੰ ਕੱਲਾ ਫੀਲ ਨਾ ਹੋਵੇ ਹਾਂ ਪਹਿਲਾ ਐਫਰਟ ਕਰਨੇ ਪੈਣੇ ਆ ਮੈਂ ਮੈਂ ਇਦਾਂ ਪਤਨੀ ਨੂੰ ਕਰਨੇ ਪੈਣੇ ਆ ਹਾਂਜੀ ਤੇ ਪਤੀ ਨੂੰ ਕਦੇ ਵੀ ਇਦਾਂ ਨਾ ਲੱਗੇ ਵੀ ਮੇਰੇ 'ਚ ਕੋ ਕਮੀਆਂ ਤੇ ਕੋ ਹੋਰ ਸੋਹਣੀ ਯਾਨੀ ਕਿਸੇ ਔਰਤ ਨੂੰ ਕੋ ਹੋਰ ਬੰਦਾ ਚੰਗਾ ਕਦੋਂ ਲੱਗਣ ਲੱਗੂਗਾ ਆਬੀਸਲੀ ਜਿਹੜਾ ਉਹਦੇ ਕਰਨੀ ਧਿਆਨ ਨਹੀਂ ਦੇਊਗਾ ਉਹਦੀ ਤਾਰੀਫ ਨਹੀਂ ਕਰੂਗਾ ਜਾਂ ਇਹ ਹੀ ਜਾਨੀ ਹੁਣ ਸਾਈਕਲੋਜੀਕਲੀ ਉਹਦੇ ਨਾਲ ਨਹੀਂ ਹੈਗਾ ਉਹਦੀ ਗੱਲ ਨਹੀਂ ਸੁਣ ਰਿਹਾ ਉਹਨੂੰ ਕੱਲਾ ਫੀਲ ਹੁੰਦਾ ਹੈ ਨਹੀਂ ਸੁਣ ਰਿਹਾ ਹਾਂਜੀ ਹਾਂਜੀ ਹੁਣ ਜਿਹੜਾ ਜਿਹੜਾ ਹੁਣ ਜਦੋਂ ਔਰਤ ਇੰਟੈਲੀਜੈਂਟ ਹੈ ਉਹਨੂੰ ਇੰਟੈਲੀਜੈਂਟ ਗੱਲਾਂ ਚੰਗੀਆਂ ਲੱਗਦੀਆਂ ਹੂੰ ਜੇ ਕੋਈ ਐਫਰਟ ਨਹੀਂ ਕਰ ਰਿਹਾ ਉਹ ਕੱਲਾ ਫੀਲ ਕਰਦੀ ਆ ਜਿੱਥੇ ਉਹਨੂੰ ਗੱਲ ਚੰਗੀ ਲੱਗਦੀ ਆ ਉੱਥੇ ਉਹਨੂੰ ਦੋਸਤੀ ਬਣ ਜਾਂਦੀ ਓਦੀ ਹਾਂ ਬਿਲਕੁਲ ਠੀਕ ਹੈ ਹੁਣ ਉਹ ਜੇ ਉਹ ਚੀਜ਼ ਅਸੀਂ ਚੋਨੇ ਆਂ ਤੇ ਸਾਡੀ ਜ਼ਿੰਦਗੀ ਚ ਉਹਦੀ ਥਾਂ ਨਹੀਂ ਹੈਗੀ ਕੋਈ ਹਾਂਜੀ ਫੇ ਸਾਨੂੰ ਡੇ 1 ਤੋਂ ਲੈ ਕੇ ਮੈਂ ਤਾਂ ਕਹਿੰਨਾ ਸਾਨੂੰ ਬੱਚਿਆਂ ਦੀ ਪਰਵਰਿਸ਼ ਇਸ ਤਰੀਕੇ ਨਾਲ ਕਰਨੀ ਚਾਹੀਦੀ ਆ ਫੇ ਦੇਖੋ ਬੇਟਾ ਆਪਣਾ ਐਫਰਟ ਕਰਨਾ ਆਪਣੇ ਉਲੂ ਪੂਰੀ ਕੋਸ਼ਿਸ਼ ਕਰਨੀ ਆ ਜੀ ਜੀ ਕਿਸੇ ਤੋਂ ਆਸ ਨਹੀਂ ਰੱਖਣੀ ਤੁਸੀਂ ਆਸ ਨਹੀਂ ਰੱਖਣੀ ਜੀ ਜੇ ਜੋ ਤੁਸੀਂ ਕਰਦੇ ਆ ਜਦੋਂ ਅਸੀਂ ਕਹਿੰਨੇ ਧੋਖਾ ਦੇ ਗਿਆ ਬੰਦਾ ਉਹਦੇ ਉਹਦੇ ਅਰਥ ਕੀ ਆ ਮੈਨੂੰ ਦੱਸੋ ਤੋ ਕਾ ਦੇ ਨੇ ਅਰਥ ਹੈਗੇ ਜੀ ਆਪਣਾ ਈਮਾਨਦਾਰ ਨਹੀਂ ਸੀ ਬੰਦਾ ਨਹੀਂ ਨਹੀਂ ਮੈਨੂੰ ਮੈਨੂੰ ਲੱਗਦਾ ਸਾਡੀ ਆਸ ਨਹੀਂ ਪੂਰੀ ਕੀਤੀ ਉਹਨੇ ਮੇਰੇ ਕੋਲ ਵਰਡ ਇੰਨੇ ਜ਼ਿਆਦਾ ਨਹੀਂ ਹੈ ਜੀ ਜੇ ਨਹੀਂ ਮਤਲਬ ਜੇ ਜੇ ਅਸੀਂ ਕਿਸੇ ਤੋਂ ਆਸ ਰੱਖੀ ਨਹੀਂ ਮੰਨ ਲਓ ਇੱਕ ਬੰਦਾ ਆਇਆ ਇੰਡੀਆ ਤੋਂ ਆਇਆ ਬੰਦਾ ਜੀ ਹੁਣ ਮੈਂ ਇੰਡੀਆ ਤੋਂ ਬੰਦਾ ਸੱਦਿਆ ਪਰ ਮੈਂ ਉਹ ਤੋਂ ਆਸ ਕੋਈ ਨਹੀਂ ਰੱਖੀ ਉਹਨੂੰ ਮੈਂ ਸੱਦਣਾ ਸੀ ਉਹ ਕਹਿੰਦਾ ਮੇਰੇ ਕੋ ਪੈਸੇ ਨਹੀਂ ਮੈਟਿਕ ਟਲਾਤੀ ਜੀ ਉਹ ਇੱਥੇ ਆ ਗਿਆ ਇੱਥੇ ਆ ਕੇ ਉਹ ਕਹਿੰਦਾ ਮੇਰੇ ਕੋ ਰਹਿਣ ਲਈ ਪੈਸੇ ਨਹੀਂ ਮੈਂ ਘਰੇ ਰੱਖ ਲਿਆ ਜੀ ਉਹ ਕਹਿੰਦਾ ਮੇਰੇ ਕੋ ਜੋਬ ਹੈ ਨਹੀਂ ਮੈਂ ਕੰਮ ਤੇ ਲੁਆਤਾ ਹਾਂਜੀ ਆਸ ਕੋਈ ਨਹੀਂ ਮੈਂ ਰੱਖੀ ਤੁਸੀਂ ਆਸ ਨਹੀਂ ਰੱਖੀ ਹੁਣ ਕੰਮ ਤੇ ਲੱਗ ਕੇ ਉਹ ਕਹਿੰਦਾ ਮੈਨੂੰ ਹੁਣ ਥਾਂ ਮਿਲ ਗਈ ਹੁਣ ਮੈਂ ਸ਼ਹਿਰ ਛੱਡ ਕੇ ਚੱਲਾਂ ਮੈਂ ਆਪਣਾ ਰਹਿਣ ਲੱਪਣਾ ਹਾਂਜੀ ਫਿਰ ਤੁਸੀ ਹੋਰ ਚਾਹੀਦੀ ਫਿਰ ਮੈਂ ਫਿਰ ਮੈਂ ਇਹ ਸ਼ਬਦ ਵਰਤ ਸਕਦਾ ਵੀ ਮੈਨੂੰ ਧੋਖਾ ਦੇ ਗਿਆ ਉਹ ਨਹੀਂ ਜੀ ਬਲਕਿ ਤੁਹਾਨੂੰ ਕੁਝ ਹੋਣੀ ਚਾਹੀਦੀ ਹੈ ਕਿ ਉਹ ਮੈਂ ਮੈਂ ਹਾਂ ਬੇ ਤੁਸੀਂ ਤੁਸੀਂ ਦੱਸੋ ਜਦੋਂ ਅਸੀਂ ਜ਼ਿੰਦਗੀ 'ਚ ਇਹ ਸ਼ਬਦ ਵਰਤਦੇ ਆਂ ਵੀ ਫਲਾਨਾ ਬੰਦਾ ਮੈਨੂੰ ਧੋਖਾ ਦੇ ਗਿਆ ਉਹਦੇ ਅਰਥ ਕੀ ਆ ਹੂੰ ਉਹਦੇ ਅਰਥ ਇਹ ਆ ਵੀ ਅਸੀਂ ਕਰ ਰਹੇ ਸੀ ਪਰ ਆਸ ਬਹੁਤ ਉਡੀਕ ਰੱਖ ਕੇ ਬੈਠੇ ਸੀ ਜੀ ਠੀਕ ਹੈ ਠੀਕ ਉਹ ਉਹ ਜਿਹੜੀ ਆਸ ਆ ਜਦੋਂ ਉਹ ਟੁੱਟਣੀ ਆ ਫੇਰ ਫੇਰ ਸਾਡੇ ਫੇਰ ਕੀਰਨੇ ਪੈਣੇ ਸਾਡੇ ਹੂੰ 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 ਫੇਰ ਫੇਰ ਸ਼ੁਰੂ ਹੋਣਾ ਨਹੀਂ ਦੁਨੀਆ ਇੱਥੇ ਦਾ ਮਰਦੇ ਮਰ ਜਾਓ ਕਿਸੇ ਲਈ ਕੋਈ ਕਰਨਾ ਨਹੀਂ ਚਾਹੀਦਾ ਕਿਉਂ ਨਹੀਂ ਕਰਨਾ ਚਾਹੀਦਾ ਜ ਜਿਹੜੀ ਕਿਸੇ ਨਾ ਕਿਸੇ ਲਈ ਕਰਨ ਚ ਰਾਹਤ ਮਿਲਦੀ ਆ ਤੁਨ ਹੂੰ 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 ਜਿਹੜੀ ਇੱਕ ਫੀਲਿੰਗ ਤੁਹਾਡੀ ਤੁਹਾਡੇ ਅੰਦਰ ਸ਼ਾਹ ਜਾਗਦਾ ਠੀਕ ਹੈ ਇੱਕ ਚੀਜ਼ ਹੋਰ ਤੁਹਾਨੂੰ ਪੁੱਛਣੀ ਹੈ ਜੀ ਹੂੰ ਤੁਹਾਡਾ ਕੰਪਲੀਟ ਹੋਏ ਹਾਂਜੀ ਹਾਂ ਮੈਂ ਤੁਹਾਨੂੰ ਇਹ ਪੁੱਛਣਾ ਸੀਗਾ ਕਿ ਉਸ ਤੋਂ ਬਾਅਦ ਦਾ ਕੀ ਮੈਂ ਆਪਾਂ ਕਰ ਸਕਦੇ ਆਂ ਵੀ ਜਦੋਂ ਬ੍ਰੇਕਅਪ ਹੁੰਦਾ ਹੈ ਬ੍ਰੇਕਅਪ ਤੋਂ ਬਾਅਦ ਦਾ ਪ੍ਰੋਸੀਜਰ ਕੀ ਕਰਨਾ ਚਾਹੀਦਾ ਹੈ ਕਿ ਮਤਲਬ ਮੇਰੇ ਆਈ ਡੋਟ ਨੋ ਹਾਊ ਟੂ ਸੇ ਇਟ ਬਟ ਯੂ ਨੋ ਕਿਵੇਂ ਬ੍ਰੇਕਅਪ ਤੋਂ ਬਾਅਦ ਦਾ ਕੀ ਦੋਨਾਂ ਦਾ ਕੀ ਹੋਣਾ ਚਾਹੀਦਾ ਹੈ ਮਤਲਬ ਨਹੀਂ ਦੋਨਾਂ ਦੋਨਾਂ ਦਾ ਨਹੀਂ ਜਿਹੜੇ ਦੇਖੋ ਦੋਨਾਂ ਸਮੱਸਿਆ ਦੋਨਾਂ ਦੀ ਨਹੀਂ ਹੈਗੀ ਸਮੱਸਿਆ ਇੱਕ ਦੀ ਆ ਮੈਨੂੰ ਲੱਗੇ ਕਿ ਉਹ 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 ਤੋਂ ਬਾਅਦ ਵੀ ਤਾਂ ਮੇਰੇ ਤੋਂ ਬਿਨਾ ਜਾ ਉਹ ਜਾਂ ਉਹ ਤੋਂ ਬਿਨਾ ਮੈਂ ਡਿਪਰੈਸ਼ਨ ਚ ਚਲਾ ਜਾਊਂਗਾ ਉਹ ਸਿਚੁਏਸ਼ਨ ਨੂੰ ਕਿੱਦਾਂ ਹੈਂਡਲ ਕਰਨਾ ਨਹੀਂ ਨਹੀਂ ਸਮੱਸਿਆ ਦੋਹਾਂ ਦੀ ਨਹੀਂ ਹੈਗੀ ਰਹਿਣਾ ਪਰ ਵੱਖਰੇ ਵੱਖਰੇ ਜ ਨਹੀਂ ਨਹੀਂ ਮੈਂ ਕਹਿੰਦਾ ਸਮੱਸਿਆ ਦੋਹਾਂ ਦੀ ਨਹੀਂ ਹੈਗੀ ਸਮੱਸਿਆ ਸਿਰਫ ਇੱਕ ਦੀ ਆ ਇੱਕ ਦੀ ਆ ਜੇ ਨੂੰ ਫਾਇਦਾ ਹੋ ਗਿਆ ਤੋੜਨੇ ਵਿੱਚ ਉਹ ਥੋੜੀ ਰਿਪਰੈਸ਼ਨ ਜਾਊਗਾ। ਓਕੇ। ਉਹ ਤਾਂ ਲੁੱਡੀਆਂ ਉਹ ਤਾਂ ਕਹਿੰਦੇ ਸ਼ੁਕਰ ਹੋਇਆ ਖੜਾ ਛੁੱਟਾ ਮੇਰਾ। ਜੀ। ਹੁਣ ਬਾਅਦ ਬਾਅਦ ਵਿੱਚ ਤਾਂ ਰੈਟੀਫਾਈ ਕਰਨ ਲਈ ਤੁਸੀਂ ਜੜੀ ਠੀਕਾ ਜਿਤ ਇਹ ਡਿਪੈਂਡ ਕਰਦਾ ਕਿਸੇ ਕਾਉਂਸਲਰ ਨਾਲ ਬੰਦਾ ਗੱਲ ਕਰੇ ਕਿਸੇ ਨਾਲ ਜੇ ਕੋਈ ਦੋਸਤ ਮਿੱਤਰ ਜ਼ਿੰਦਗੀ ਚ ਨਾ ਵੈਸੇ ਸਾਡੇ ਸਾਰਿਆਂ ਦੀ ਜ਼ਿੰਦਗੀ 'ਚ ਇੱਕ ਦੋਸਤ ਇਦਾਂ ਦਾ ਚਾਹੀਦਾ ਜਿਹਦੇ ਨਾਲ ਸਾਰੀ ਗੱਲ ਕਰ ਸਕੀਏ। ਉਹ ਮੈਂ ਇੱਥੇ ਤੋਂ ਰੋਕਣਾ ਚਾਹੂੰਗਾ ਜੀ। ਹੂੰ ਆਪਣੇ ਤਾਂ 99% ਆਪਾਂ ਗੱਲ ਕਰ ਲੈਨੇ ਆ ਕਿਸੇ ਨਾਲ ਪਰ 1% ਜਿਹੜੀ ਬਹੁਤ ਵੱਡੀ ਗੱਲ ਹੁੰਦੀ ਉਹਨੂੰ ਉਹਨੂੰ ਆਪਾਂ ਚੁਪਾ ਲਈਏ। ਨਹੀਂ ਮੈਂ 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 ਲੋਕ ਕੀ ਹੁੰਦਾ? ਮੈਂ ਕਿਹਾ ਇੱਕ ਦੋਸਤ ਜ਼ਿੰਦਗੀ 'ਚ ਇਦਾਂ ਦਾ ਚਾਹੀਦਾ ਜਿਹਦੇ ਨਾਲ ਸਾਰੀ ਗੱਲ ਕਰ ਲਈ। ਸਾਰੀ ਮਤਲਬ ਇਨਟੂ ਹਿੰਦੂ ਸਾਇੰਸ ਲੱਗ ਮੈਂ ਕਿੰਨਾ ਸਾਰੀ ਗੱਲ ਕਰ ਲਈਏ ਵੀ ਯਾਰ ਸਾਰਾ ਕੁਝ ਠੀਕ ਹੈ ਪਰ ਗਵਾਂਡਣ ਮੈਨੂੰ ਸੋਣੀ ਬਹੁਤ ਲੱਗਦੀ ਮੈਂ ਕੀ ਕਰਾਂ ਅਗਰ ਉਹ ਉਹ ਚੀਜ਼ਾਂ ਗੱਲ ਕਰਨ ਤੋਂ ਬਾਅਦ ਵੀ ਜੇ ਆਪਾਂ ਨੂੰ 100% ਗੱਲ ਕਰਨ ਤੋਂ ਬਾਅਦ ਵੀ ਜੇ ਆਪਾਂ ਨੂੰ ਲੱਗੇ ਵੀ ਆਹ ਚੀਜ਼ ਕਰ ਲਈ ਤੇ ਆਹ ਹੋ ਜਾਊਗਾ ਫੇਰ ਜੀ 80 80 85% ਜਿਹੜੀ ਗੱਲਬਾਤ ਆ ਰਾਂ ਸਾਡੀ ਜਿਹੜਾ ਸਾਨੂੰ ਡਿਪਰੈਸ਼ਨ ਹੁੰਦਾ ਆ ਹਾਂਜੀ ਜਦੋਂ ਉਹਨੂੰ ਥੋੜੋ ਲਈ ਕਿਸੇ ਨਾਲ ਗੱਲ ਕਰਦੇ ਆ ਤਾਂ ਉਹਦਾ ਹੱਲ ਆਪਣੇ ਕੋਲੋਂ ਹੀ ਸਾਨੂੰ ਲੱਭਿਆਉਂਦਾ ਜੇ ਉਹ ਇਨਸਾਨ ਨੂੰ ਲੱਗੇ ਕਿ ਵੀ ਇਹ ਜਿਹੜੀ ਮੈਂ ਗੱਲ ਕਰਨ ਲੱਗਿਆ ਇਹਦੇ ਨਾਲ ਮੇਰਾ ਮੈਨੂੰ ਬਹੁਤ ਘਾਟਾ ਪੈ ਜਾਣਾ ਬਹੁਤ ਬੜਾ ਬੜਾ ਕੁਝ ਨੁਕਸਾਨ ਹੋ ਜਾਣਾ ਮੇਰਾ ਨਹੀਂ ਉਹ ਨਹੀਂ ਜਿਵੇਂ ਪਹਿਲਾਂ ਦੇਖਦਾ ਸੀ ਹੁਣ ਦੇਖਣਾ ਨਹੀਂ ਉਹਨੇ ਨਹੀਂ 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 ਉਹ ਉਹ ਦੋਸਤ ਤੁਹਾਡਾ ਮੈਂ ਕਹਿੰਦਾ ਜ਼ਿੰਦਗੀ 'ਚ ਇੱਕ ਦੋਸਤ ਇਦਾਂ ਦਾ ਰੱਖਿਆ ਹੋਵੇ ਜਿਹੜਾ ਜੱਜ ਨਾ ਕਰੇ ਤੁਹਾਨੂੰ ਦੋਸਤ ਦੇ ਅਰਥ ਦੋਸਤ ਦੇ ਅਰਥ ਇਹ ਹੁੰਦੇ ਆ ਜਿਹੜਾ ਇਦਾਂ ਜਿਹੜਾ ਬੰਦਾ ਉਹ ਗੱਲਾਂ ਦਾ ਅੰਦਾਜ਼ਾ ਲਾ ਕੇ ਉਹਦੀਆਂ ਦੋਸਤ ਥੋੜੀ ਆ ਤੁਹਾਡਾ ਫਿਰ ਹੂੰ 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 ਇੱਕ 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 ਜਣਾ ਤਾਂ ਤੁਹਾਡੀ ਜ਼ਿੰਦਗੀ ਚ ਇਦਾਂ ਦਾ ਚਾਹੀਦਾ ਜਿਹਦੇ ਮੂਰੇ ਸਾਰਾ ਕੁਝ ਫੋਲ ਕੇ ਰੱਖਦੇ ਹੋ ਤੁਸੀਂ ਜੀ 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 ਜਾਂ ਤੁਸੀਂ ਇੰਟੈਲੀਜੈਂਟ ਇੰਨੇ ਜਾਂ ਤੁਸੀਂ ਇੰਟੈਲੀਜੈਂਟ ਇੰਨੇ ਹੋ ਮੂ ਪੇ ਸੈਲਫ ਟਾਕ ਕਰ ਸਕੋ ਸੈਲਫ ਟਾਕ ਕਰ ਸਕੋ ਓਕੇ